ਕਾਂਗਰਸ ਚ ਵਿਵਾਦਾਂ ਦੇ ਰਾਜਾ ਜਿਨ੍ਹਾਂ ਦੀ ਫਿਸਲ ਜਾਂਦੀ ਹੈ ਕਿਸੇ ਵੇਲੇ ਵੀ ਜ਼ੁਬਾਨ ਹੁਣ ਅਫਸਰਾਂ ਨੂੰ ਵੀ ਦਿੰਦੇ ਨੇ ਛਿੱਤਰ ਮਾਰਨ ਦੀਆਂ ਧਮਕੀਆਂ ਇਹ ਗੱਲਾਂ ਸੁਣ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਵੇਗਾ ਕਿ ਆਖਰ ਅਸੀਂ ਕਾਂਗਰਸ ਦੇ ਕਿਸ ਰਾਜਾ ਦੀ ਗੱਲ ਕਰ ਰਹੇ ਹਾਂ ਜੇ ਅੰਦਾਜ਼ਾ ਨਹੀਂ ਵੀ ਲੱਗ ਰਿਹਾ ਤਾਂ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਨੇ ਕਾਂਗਰਸ ਦੇ ਛੋਟੇ ਰਾਜਾ ਸਾਹਿਬ ਰਾਜਾ ਵੜਿੰਗ ਜਿਨ੍ਹਾਂ ਦਾ ਵਿਵਾਦਾਂ ਦੇ ਨਾਲ ਅਜਿਹਾ ਗੂੜਾ ਰਿਸ਼ਤਾ ਹੈ ਕਿ ਵਿਵਾਦ ਇਹਨਾਂ ਦਾ ਪਿੱਛਾ ਨਹੀਂ ਛੱਡਦੇ ਜੇ ਨਹੀਂ ਯਕੀਨ ਤਾਂ ਤੁਸੀਂ ਵੀ ਦੇਖੋ ਰਾਜਾ ਵੜਿੰਗ ਦੇ ਇਹ ਵੱਡੇ ਵਿਵਾਦ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਾਇਰਲ ਹੋਈ ਆਡੀਓ ਦੀ ਜਿਸ 'ਚ ਇਲਜ਼ਾਮ ਲੱਗੇ ਕਿ ਰਾਜਾ ਵੜਿੰਗ ਇੱਕ ਸ਼ਖਸ ਨੂੰ 307 ਦਾ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਨੇ ਜਦਕਿ ਇਸ ਆਡੀਓ 'ਚ ਦੂਜਾ ਸ਼ਖਸ ਰਾਜਾ ਜੀ ਤੋਂ ਮੁਆਫੀਆਂ ਵੀ ਮੰਗਦਾ ਰਿਹਾ ਨਹੀਂ ਨਹੀਂ ਤੁਹਾਡੀ ਕੋਠੀ ਹੈ ਤੁਸੀਂ ਮਾਲਕ ਹੈ ਪ੍ਰੇਮ ਤੁਹਾਨੂੰ ਇੱਜ਼ਤ ਦਿੰਦੇ ਪਰ ਇਹ ਥੋੜੀ ਕੋਈ ਰਾਜਾ ਤੇ ਵਿਰੋਧੀਆਂ ਨੇ ਵੀ ਕਈ ਨਿਸ਼ਾਨੇ ਸਾਧੇ ਜਿਸ ਤੋਂ ਬਾਅਦ ਰਾਜਾ ਨੇ ਕਿਸੇ ਤਰ੍ਹਾਂ ਇਸ ਵਿਵਾਦ ਨੂੰ ਖਤਮ ਕਰ ਦਿੱਤਾ ਖੈਰ ਇਕੱਲੇ ਪੰਜਾਬ ਚ ਨਹੀਂ ਰਾਜਾ ਜੀ ਦੀ ਜ਼ੁਬਾਨ ਤਾਂ ਦੂਜੇ ਸੂਬਿਆਂ 'ਚ ਵੀ ਅਜਿਹੀ ਫਿਸਲਦੀ ਹੈ ਕਿ ਉਹ ਜਾਣੇ ਅਣਜਾਣੇ 'ਚ ਵਿਵਾਦਿਤ ਬਿਆਨ ਦੇ ਜਾਂਦੇ ਨੇ ਕੁਝ ਅਜਿਹਾ ਹੀ ਹੋਇਆ ਸੀ ਜਦੋਂ ਰਾਜਾ ਨੇ ਰਾਜਸਥਾਨ 'ਚ ਹੋਈਆਂ ਚੋਣਾਂ 'ਚ ਪ੍ਰਚਾਰ ਦੌਰਾਨ ਵਰਕਰਾਂ ਨੂੰ ਵੋਟਾਂ ਬਦਲੇ ਖੰਘ ਦੀ ਦਵਾਈ ਪਿਲਾਉਣ ਦਾ ਵਾਅਦਾ ਕਰ ਦਿੱਤਾ ਅਗਲੇ ਗੋਲਵਾਲ ਵੀ ਸਰਦਾਰ ਸਿੰਘ ਜੀ ਦਾ ਜੋ ਵੀ ਪੰਜਾਬ ਆਏਗਾ ਉਸਕੋ ਚਾਏ ਕੇ ਸਾਥ ਗੁਲਾਬ ਜਾਮਨ ਮਿਲੇਗਾ ਦਿਨ ਮੇਂ ਔਰ ਰਾਤ ਕੋ ਸੁਨੋ ਤਾਇਆ ਜੀ ਸੁਨੋ ਕਹੂ ਸੁਨ ਰਾਤ ਕੋ ਖਾਂਸੀ ਵਾਲੀ ਦਵਾਈ ਵੀ ਮਿਲੇਗੀ ਅਗਰ ਕੋਈ ਨਹਾਣਾ ਚਾਹੇਗਾ ਖਾਂਸੀ ਵਾਲੀ ਦਵਾਈ ਸੇ ਨਹਿਲਾ ਵੀ ਦੇਂਗੇ ਇਹ ਫ੍ਰੀ ਹੈ ਪੰਜਾਬ ਮੇਂ ਰਾਜਾ ਦੇ ਇਸ ਬਿਆਨ ਦੀ ਸਿਆਸੀ ਗਲਿਆਰਿਆਂ 'ਚ ਵੀ ਖੂਬ ਚਰਚਾ ਹੋਈ ਇਹਨਾਂ ਨੇ ਲੋਕ ਸਭਾ 'ਚ ਚੋਣਾਂ 'ਚ ਸ਼ਮਸ਼ਾਨ ਘਾਟ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ ਵੀ ਖੂਬ ਚਰਚਾ 'ਚ ਰਿਹਾ ਦਰਅਸਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜਾ ਨੇ ਬਜ਼ੁਰਗਾਂ ਨੂੰ ਸੋਹਣੇ ਸ਼ਮਸ਼ਾਨ ਘਾਟਾਂ 'ਚ ਮਰਨ ਤੱਕ ਦੀ ਸਲਾਹ ਹੀ ਦੇ ਦਿੱਤੀ ਸੀ ਸ਼ਮਸ਼ਾਨ ਘਾਟ ਵੇਖਿਆ ਤੁਹਾਡਾ ਉਜੜਿਆ ਗਿਆ ਸ਼ਮਸ਼ਾਨ ਘਾਟ ਹੁਣ ਮੈਂ ਬਣਾਉਂਗਾ ਸ਼ਮਸ਼ਾਨ ਘਾਟ ਤੁਹਾਡਾ ਮੇਰਾ ਭਾਵੇਂ 10 ਲੱਖ ਲੱਗ ਜੇ ਜਿਹੜੇ ਕਈ ਬਜ਼ੁਰਗ ਜੀ ਹੈ ਨਾ 80 ਵਾਲੇ ਉਹਨਾਂ ਦਾ ਤੋਂ ਸ਼ਮਸ਼ਾਨ ਘਾਟ ਨੂੰ ਵੇਖ ਕੇ ਹੀ ਮਰਨ ਨੂੰ ਜੀ ਕਰੂੰਗਾ ਇਹ ਜਾਂ ਬਣਾਉਂਗਾ ਬਿਆਨ 'ਚ ਤੇ ਰਾਜਾ ਨੇ ਅਫਸਰਾਂ ਨੂੰ ਛਿੱਤਰ ਮਾਰਨ ਤੱਕ ਦੀ ਧਮਕੀ ਦੇ ਦਿੱਤੀ ਹੈ ਜਿਸ ਨੂੰ ਲੈ ਅਫਸਰਾਂ 'ਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਹੋਣਾ ਕੱਖ ਨਹੀਂ ਐਵੇਂ ਸਾਨੂੰ ਖਰਾਬ ਕਰੇਗਾ ਗੱਡੇ ਵੀ ਖਾਓਗੇ ਛਿੱਤਰ ਵੀ ਖਾਓਗੇ ਉਸ ਗੱਲ ਦਾ ਕੋਈ ਫਾਇਦਾ ਨਹੀਂ ਹਾਂ ਰਾਣਾ ਨਹੀਂ ਨਹੀਂ ਚਲੋ ਆਪਾਂ ਕਿਸੇ ਦੇ ਛਿੱਤਰ ਮੇਰੇ ਕਹਿਣ ਦਾ ਮਤਲਬ ਛਿੱਤਰ ਮਾਰਨ ਤੇ ਗੰਢੇ ਖਾਣ ਤੋਂ ਕਹਿਣ ਦਾ ਮਤਲਬ ਵੀ ਥੁੱਕ ਕੇ ਚੱਟਣਾ ਪਊਗਾ ਪਹਿਲਾਂ ਹੀ ਕਹਿ ਦਿਓ ਵੀ ਠੀਕ ਹੈ ਕੰਮ ਖੈਰ ਰਾਜਾ ਅਜਿਹੇ ਬਿਆਨ ਕਿਉਂ ਦਿੰਦੇ ਨੇ ਇਸ ਦਾ ਜਵਾਬ ਤਾਂ ਰਾਜਾ ਖੁਦ ਹੀ ਦੇ ਸਕਦੇ ਨੇ ਪਰ ਇੰਨਾ ਜ਼ਰੂਰ ਹੈ ਕਿ ਰਾਜਾ ਜਿੰਨੇ ਮਰਜ਼ੀ ਸੰਭਲ ਕੇ ਚੱਲਣ ਪਰ ਵਿਵਾਦ ਉਹਨਾਂ ਦਾ ਪਿੱਛਾ ਸੌਖਾ ਨਹੀਂ ਛੱਡਦੇ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ ਮੀਆਂ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ